ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ। ਅਤੇ ਅੱਜ ਦੀ ਵੀਡੀਓ ਦੇ ਵਿੱਚ ਦੀਵਾਰ ਪਲਸਤਰ ਡਿਜ਼ਾਇਨ ਬਣਦਾ ਹੈ, ਦੇਖਦੇ ਹਾਂ ਜੀ। ਠੀਕ ਹੈ ਜੀ, ਆਪਣੇ ਘਰ ਦੇ ਫਰੰਟ ਦੇ ਉੱਪਰ ਜਾਂ ਬਾਉਂਡਰੀ ਵਾਲ 'ਤੇ ਡਿਜ਼ਾਇਨ ਬਣਾ ਕੇ ਵਧੀਆ ਲੁੱਕ ਦੇ ਸਕਦੇ ਹੋ ਤੁਸੀਂ ਘਰ ਨੂੰ। ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਰਕਰ ਜਿਹੜਾ ਉਹ ਰਾਜ ਮਿਸਤਰੀ ਜੋ ਕਿ ਪਲਸਤਰ ਦੇ ਵਿੱਚ ਡਿਜ਼ਾਇਨ ਬਣਾ ਕੇ ਦਿਖਾ ਲਏਗਾ, ਫਲਾਵਰ ਡਿਜ਼ਾਇਨ ਵਾ। ਸੋ ਆਓ ਵੀਡੀਓ ਸ਼ੁਰੂ ਕਰਦੇ ਅੱਗੇ, ਅਤੇ ਦੇਖਦੇ ਹਾਂ ਜੀ ਇਹ ਡਿਜ਼ਾਇਨ ਕਿਵੇਂ ਬਣਦਾ ਅਤੇ ਕਿਵੇਂ ਅਸੀਂ ਬਣਾ ਸਕਦੇ ਹਾਂ ਇਸਨੂੰ, ਅਤੇ ਵਧੀਆ ਇੱਕ ਲੁੱਕ ਦੇ ਸਕਦੇ ਹਾਂ ਘਰ ਨੂੰ ਜਾਂ ਬਾਉਂਡਰੀ ਵਾਲ ਨੂੰ। ਸੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਜੀ। ਥੈਂਕ ਯੂ ਸੋ ਮੱਚ। ਇਹ ਨੀਚੇ ਪਹਿਲਾਂ ਪਲਸਤਰ ਹੋਇਆ ਹੋਇਆ ਸੀ ਦੀਵਾਰ 'ਤੇ, ਤੋ ਇਹ ਦੀਵਾਰ ਦੇ ਉੱਪਰ ਅਸੀਂ ਤੁਹਾਨੂੰ ਬਣਾ ਕੇ ਦੱਸਾਂ ਜੀ ਕਿਵੇਂ ਫਲਾਵਰ ਬਣਦਾ ਵਾ। ਸੋ ਹਲਕਾ ਜਿਹਾ ਨੇਰੂ ਲਗਾ ਕੇ ਦੀਵਾਰ ਦੇ ਉੱਪਰ ਅੱਧੀ ਇੰਚ ਮੋਟਾਈ ਦੇ ਵਿੱਚ ਮਸਾਲਾ ਜਿਹੜਾ ਉਹ ਛਾਪ ਲਿਆ ਗਿਆ ਵਾ, ਅੱਧੀ ਇੰਚੀ ਅਸੀਂ ਮੋਟਾਈ ਦੇ ਵਿੱਚ ਰੱਖਿਆ। ਉੱਪਰੋਂ ਜਿਹੜਾ ਉਹ 32 ਇੰਚ ਇਸ ਦਾ ਘੇਰਾ ਅਤੇ ਨੀਚੇ ਉਹ 36 ਇੰਚ ਵਾ। ਸੋ ਇਸ ਪ੍ਰਕਾਰ ਇਹ ਫਲਾਵਰ ਦੀਆਂ ਪੱਤੀਆਂ ਬਣ ਗਈਆਂ, ਦੇਖਦੇ ਰਹੋ ਇਹ ਵਰਕਰ ਜਿਵੇਂ ਫੱਟੀ ਦੇ ਨਾਲ ਲੀਕ ਰਿਹਾ ਵਾ। ਸੋ ਇਹ ਐਲੂਮੀਨੀਅਮ ਦੀ ਇੱਕ ਛੋਟੀ ਜਿਹੀ ਪਲੇਟ ਵਾ ਜਿਸ ਦੇ ਨਾਲ 16 ਇੰਚ ਪਲੇਟ ਦਾ ਘੇਰਾ ਵਾ। ਸੋ ਇਸ ਦੇ ਨਾਲ ਸਾਰਾ ਇਹ ਦੇਖਿਓ ਤੁਸੀਂ ਪ੍ਰਕਾਰ ਦੇ ਜਿਵੇਂ ਪ੍ਰਕਾਰ ਕਰੀ ਦੀ ਆ ਗੋਲ ਆਰਚ ਜਿਵੇਂ ਬਣਦੀ ਆ। ਸੋ ਇਸ ਤਰ੍ਹਾਂ ਇਹਨੂੰ ਇਹਦੀ ਕਟਿੰਗ ਜਿਹੜੀ ਉਹ ਲੀਕਦੇ ਜਾਵਾਂਗੇ 16 ਇੰਚਾਂ, ਦੇਖੋ ਅਤੇ 16 ਇੰਚ ਅੰਦਰੋਂ, ਯਾਨੀ ਕਿ 32 ਇੰਚ ਟੋਟਲ ਉੱਪਰੋਂ ਘੇਰਾ ਵਾ। ਸੋ ਇਸ ਤਰ੍ਹਾਂ ਪ੍ਰਕਾਰ ਇਹਦਾ ਜਿਹੜਾ ਵਾ ਲੀਕ ਕੇ ਇਹਦੀ ਕਟਿੰਗ ਕੀਤੀ ਜਾਏਗੀ। ਠੀਕ ਆ ਜੀ, ਦੇਖਦੇ ਰਹੋ ਵੀਡੀਓ ਦੇ ਵਿੱਚ ਇਹ ਕਾਰੀਗਰ ਕਿਵੇਂ ਜਿਹੜਾ ਉਹ ਫਲਾਵਰ ਬਣਾ ਕੇ ਦੱਸੇਗਾ ਤੁਹਾਨੂੰ। ਇਹ ਜਿਹੜਾ ਫਲਾਵਰ ਆ ਆਪਾਂ ਫਰੰਟ ਐਲੀਮੀਨੇਸ਼ਨ 'ਤੇ ਮੇਨ ਗੇਟ 'ਤੇ ਬਾਉਂਡਰੀ ਵਾਲ 'ਤੇ ਔਰ ਮੇਨ ਗੇਟ ਦੇ ਕੋਲਮਾਂ ਦੇ ਉੱਪਰ ਬਣਾ ਕੇ ਇੱਕ ਵਧੀਆ ਹੀ ਲੁੱਕ ਦੇ ਸਕਦੇ ਹਾਂ ਫਲਾਵਰ। ਜਿਵੇਂ ਮੇਨ ਗੇਟ ਹੋਵੇ, ਕੋਲਮ ਬਣੇ ਹੋਣ, ਅਤੇ ਉਹਨਾਂ ਦੇ ਦੋਨਾਂ ਕੋਲਮਾਂ ਦੇ ਉੱਪਰ ਵੀ ਬਣਵਾ ਸਕਦੇ ਹਾਂ ਦੋਵੇਂ ਫਲਾਵਰ। ਸੋ ਵਧੀਆ ਲੱਗਣਗੇ ਬਣੇ ਹੋਏ, ਵਧੀਆ ਲੁੱਕ ਬਣੇਗੀ ਮੇਨ ਗੇਟ ਦੀ। ਸੋ ਇਸ ਪ੍ਰਕਾਰ ਜੀ ਇਹ ਛੋਟੀ ਜਿਹੀ ਪਲੇਟ ਆ ਸਟੀਲ ਦੀ, ਸੋ ਇਸ ਦੇ ਨਾਲ ਜਿਹੜੀ ਉਹ ਆਰਚ ਜੀ ਵਾਂਗੂ ਬਣਾ ਰਿਹਾ, ਜਿਵੇਂ ਆਰਚ ਬਣਦੀ ਉਸ ਪ੍ਰਕਾਰ ਗੁਲਾਈ ਦੇ ਵਿੱਚ ਇਹਦੀ ਕਟਿੰਗ ਲੀਕ ਕੇ ਇਸ ਨੂੰ ਬਾਅਦ ਦੇ ਵਿੱਚ ਇਸਦੀ ਕਟਿੰਗ ਕੀਤੀ ਜਾਏਗੀ। ਸੋ ਇਹ ਫੱਟੀ ਦੇ ਨਾਲ ਸਿੱਧੀ ਜਿਹੜੀ ਲਾਈਨ ਮਾਰ ਦਿੱਤੀ ਗਈ ਹੈ ਨੀਚੇ ਨੂੰ। ਠੀਕ ਹੈ ਜੀ, ਸੋ ਨੀਚੇ ਨੂੰ ਇਸ ਪ੍ਰਕਾਰ ਬਣ ਗਈਆਂ ਦੋ ਪੱਤੀਆਂ, 36 ਇੰਚ ਇਸ ਦਾ ਘੇਰਾ ਵਾ, 36 ਇੰਚ। ਦੇਖਦੇ ਰਹੋ ਜੀ ਕਿਵੇਂ ਵੀਡੀਓ ਦੇ ਵਿੱਚ ਵਰਕਰ ਜਿਹੜਾ ਵਾ ਉਹ ਫਲਾਵਰ ਸਾਰਾ ਬਣਾ ਕੇ ਦਿਖਾਲੇਗਾ। ਬਹੁਤ ਹੀ ਖੂਬਸੂਰਤ ਡਿਜ਼ਾਇਨ ਵਾ, 3 ਇੰਚ ਇੱਧਰ ਨੂੰ। ਸੋ ਦੋਨੋਂ ਸਾਈਡਾਂ 'ਤੇ 3-3 ਇੰਚ ਦਾ ਗੈਪ ਰੱਖਿਆ ਗਿਆ ਵਾ, ਸੈਂਟਰ 'ਚੋਂ ਦੋਨੋਂ ਸਾਈਡਾਂ 'ਤੇ 3-3 ਇੰਚ ਦਾ। ਲਓ ਜੀ 3 ਇੰਚ ਇੱਧਰੋਂ, ਅਤੇ ਇਸਦੀ ਜਿਹੜੀ ਆ ਉਹ ਇਸ ਤਰ੍ਹਾਂ ਪ੍ਰਕਾਰ ਲੀਕ ਕੇ ਇਹਨੂੰ ਕਟਿੰਗ ਕਰਨੀ ਜਿਹੜੀ ਆ ਸ਼ੁਰੂ ਕਰ ਦੇਗੀ। ਬਹੁਤ ਸਾਰੀਆਂ ਵੀਡੀਓ ਜਿਹੜੀਆਂ ਜੀ ਆਪਣੀਆਂ ਕੰਸਟਰਕਸ਼ਨ ਬੇਸ 'ਤੇ ਆਉਂਦੀਆਂ ਵਾ। ਠੀਕ ਹੈ ਜੀ, ਪਲਸਤਰ, ਮਾਰਬਲ ਟਾਇਲ, ਚਿਨਾਈ, ਸਾਰਾ ਇਹ ਵਰਕ ਜਿਹੜਾ ਵਾ ਆਪਣਾ ਕੰਸਟਰਕਸ਼ਨ ਬੇਸ 'ਤੇ ਆਉਂਦਾ ਵਾ। ਸੋ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ, ਅਤੇ ਕਮੈਂਟ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀ ਵੀਡੀਓ, ਅਤੇ ਚੈਨਲ ਵੀ ਆਪਣਾ ਜ਼ਰੂਰ ਸਬਸਕ੍ਰਾਈਬ ਕਰੋ। ਦੇਖੋ ਆਹ ਦੇਖੋ ਨੀਚੇ ਤੋਂ ਵੀ ਬਿਲਕੁਲ ਜਿਵੇਂ ਇੱਕ ਅੰਬ ਦੀ ਸ਼ੇਪ ਹੁੰਦੀ ਹੈ ਨਾ, ਮੈਂਗੋ ਦੀ ਸ਼ੇਪ। ਸੋ ਉਸ ਪ੍ਰਕਾਰ ਇਸਦੀਆਂ ਪੱਤੀਆਂ ਜੀਆਂ ਮਰ ਰਹੀਆਂ ਵਾ। ਲਓ ਜੀ ਹੁਣ ਗਰਮਾਲੇ ਦੇ ਨਾਲ, ਇਹ ਲੋਹੇ ਦਾ ਗਰਮਾਲਾ ਵਾ ਜਿਸ ਦੇ ਨਾਲ ਇਸਦੀ ਕਟਿੰਗ ਕੀਤੀ ਜਾ ਰਹੀ ਹੈ। ਹਾਂਜੀ, ਸੋ ਇਸੇ ਪ੍ਰਕਾਰ ਇਹ ਇੱਧਰੋਂ ਵੀ ਕਟਿੰਗ ਕੀਤੀ ਜਾਏਗੀ। ਸੋ ਵੀਡੀਓ ਨੂੰ ਲਾਸਟ ਤੱਕ ਵਾਚ ਕਰਿਓ, ਅਤੇ ਸਬਸਕ੍ਰਾਈਬ ਕਰਿਓ ਚੈਨਲ, ਅਤੇ ਦੱਸਿਓ ਕਮੈਂਟ ਕਰਕੇ ਜੀ ਕਿਵੇਂ ਦੀ ਲੱਗੀ ਵੀਡੀਓ। ਸੋ ਬਣੇ ਰਹੋ ਵੀਡੀਓ ਦੇ ਨਾਲ, ਥੈਂਕ ਯੂ ਸੋ ਮੱਚ।